ਨਾ ਆਪਣਾ ਸੀ ਨਾ ਪਿੰਡਰ ਨੂੰ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਜਿਹੜੇ ਕੱਲ੍ਹ ਡੈਡ ਬੋਡੀਆਂ ਇੱਥੇ ਮਿਲੇ? ਦੇਖੋ ਜੀ, ਕੋਸ਼ਿਸ਼ ਕਰ ਰਹੇ ਹਾਂਗੇ ਉਹਨਾਂ ਨੂੰ ਲੱਭਣ ਦੀ। ਸਾਨੂੰ ਹੁਣ ਪਤਾ ਲੱਗਿਆ, ਫੋਨ ਆਏ ਨੇ ਜੀ ਚੌਂਕੀ 'ਚੋਂ, ਅਤੇ ਕਿਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਵੀ। ਤੁਹਾਨੂੰ ਕਿੰਨਾ ਚਿਰ ਹੋ ਗਿਆ ਲੱਭਦਿਆਂ ਨੂੰ? ਪਹਿਲਾਂ 20 ਸਾਲ ਹੋ ਗਏ ਜੀ ਲਗਭਗ ਸਾਨੂੰ ਕੰਮ ਕਰਦੇ ਨੂੰ ਇਹ ਜੀ, ਅਤੇ ਕਦੇ ਕਿਸੇ ਨੇ ਅੱਜ ਤੱਕ ਕੋਈ ਵੀ 25 ਦੀ ਸਹਾਇਤਾ ਨਹੀਂ ਕਰੀ ਜੀ, ਨਾ ਲੋਕਲ ਬੰਦੇ ਨੇ ਕਿਸੇ ਨੇ ਜੀ। ਬਲਕਿ ਜਦੋਂ ਕਿਸੇ ਦੀ ਲਾਸ਼ ਕੱਢਦੇ ਨਹੀਂ ਮਿਲ ਜਾਂਦਾ ਤਾਂ ਸਾਨੂੰ ਜਿੱਥੋਂ ਮਿਲ ਗਿਆ ਉੱਥੇ ਛੱਡ ਕੇ ਆ ਜਾਂਦੇ ਨੇ ਜੀ। ਅਸੀਂ ਆਪਦੇ ਖਰਚੇ 'ਤੇ ਆਉਂਦੇ ਜੀ, ਆਪਦੇ 'ਤੇ ਜਾਂਦੇ ਹਾਂ ਜੀ, ਸੇਵਾ ਕਰਦੇ ਹਾਂ ਜੀ। ਜਿਹੜੀ ਕੱਲ੍ਹ ਗਿਰੇ ਨੇ ਇੱਕ ਬੱਚਾ ਅਤੇ ਇੱਕ ਲੜਕਾ, ਉਹਦੇ ਭਾਲ ਕਿਸ ਤਰ੍ਹਾਂ ਜਾਰੀ ਕਰ ਕਿਸ ਤਰ੍ਹਾਂ ਕਰ ਰਹੇ? ਉਹਦੀ ਪੂਰੀ ਭਾਲ ਜਾਰੀ ਹੈ ਜੀ, ਹੁਣ ਪਿੱਛੇ ਜਾ ਰਹੇ ਹਾਂ ਜੀ ਜਿੱਥੋਂ ਡਿੱਗੇ ਸੀਗੇ, ਉੱਥੋਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਲੱਭਣ ਦੀ ਜੀ, ਮਾਲਕ ਕਰੇ ਮਿਲ ਜਾਣ ਜੀ। ਬਾਕੀ ਦੇਖ ਰਹੇ ਹਾਂ ਜੀ, ਕੋਸ਼ਿਸ਼ ਪੂਰੀ ਜਾਰੀ ਹੈ ਜੀ। ਮੇਰਾ ਨਾਮ ਦਰਬਾਰਾ ਸਿੰਘ ਹੈਪੀ ਜੀ। ਦਰਬਾਰਾ ਸਿੰਘ, ਜਿਹੜੇ ਮੁੰਡੇ ਡੁੱਬੇ ਨੇ ਉਹ ਕੌਣ ਸੀਗੇ, ਕੀ ਕੰਮ ਕਰਦੇ ਸੀ, ਕਿਵੇਂ ਇਹ ਹਾਦਸਾ ਹੋਇਆ? ਇਹ ਸਾਡੇ ਵਾਰਡ ਨੰਬਰ 9 ਦਾ ਮੋਹਨ ਸਿੰਘ ਧੀਗਾ ਜੀ। ਇਹ ਮਤਲਬ ਦਿਹਾੜੀ ਕਰਕੇ ਆਪਣੇ ਟੱਬਰ ਦਾ ਜਿਹੜਾ ਟਾਈਮ ਪਾਸ ਕਰਦਾ ਸੀਗਾ, ਅਤੇ ਮਤਲਬ ਕਿ ਜ਼ਿਆਦਾ ਕਰਜ਼ਾ ਹੋਣ ਕਰਕੇ ਪਰਿਵਾਰ 'ਤੇ ਇਹ ਅਪਸੈਟ ਰਹਿੰਦਾ ਸੀਗਾ। ਹੋ ਸਕਦਾ ਵੀ ਇਸ ਨੇ ਜਿਹੜਾ ਇਹ ਕਦਮ ਹੈ ਇਹ ਕਰਜ਼ੇ ਦੇ ਭਾਰ ਕਰਕੇ ਚੁੱਕਿਆ ਜੀ। ਪਰਿਵਾਰ 'ਚ ਕੌਣ ਕੌਣ ਸੀਗਾ, ਕਿੰਨੇ ਪਰਿਵਾਰ ਦੇ ਮੈਂਬਰ? ਭਾਈ ਹੈ, ਛੋਟਾ ਜਿਹਾ ਮਾਂ ਹੈ। ਪਰਿਵਾਰ 'ਚ ਇਹਦੀ ਮਾਤਾ ਹੈ, ਅਤੇ 3 ਇਹਦੀਆਂ ਲੜਕੀਆਂ ਨੇ, ਅਤੇ 2 ਆਪ ਸੀ, ਇੱਕ ਇਹਦਾ ਭਰਾ ਹੈ ਜੀ। ਕਿੰਨਾ ਕੁ ਕਰਜ਼ਾ ਲੱਗਦਾ? ਪਤਾ ਲੱਗਿਆ ਕਰਜ਼ਾ ਤਾਂ ਤਕਰੀਬਨ ਕਾਫੀ ਹੈ ਜੀ ਇਹਨਾਂ। ਜਿਵੇਂ ਪਹਿਲਾਂ ਜ਼ਮੀਨ ਜਮੂਨ ਸੀ ਸਾਰੀ, ਉਹ ਵਿਕ ਗਈ ਜੀ। ਇੱਕ ਘਰ ਹੈ ਜਿਹੜਾ ਉਹ ਵੀ ਬੈਂਕ 'ਚ ਪਿਆ, ਮਤਲਬ ਕਿ ਬਹੁਤ ਜ਼ਿਆਦਾ ਜਿਹੜੀ ਹਾਲਤ ਮਾੜੀ ਸੀ। ਕਰਜ਼ਾ ਤਕਰੀਬਨ 5-7 ਲੱਖ ਰੁਪਈਆ ਕਰਜ਼ਾ ਜਿਹੜਾ ਹੈਗਾ ਪਰਿਵਾਰ ਦਾ। ਹੁਣ ਕਿਸ ਤਰ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ? ਹਜੇ ਤੱਕ ਡੈੱਡ ਬੋਡੀਆਂ ਮਿਲੀਆਂ ਜਾਂ ਨਹੀਂ? ਕਿਸ ਤਰ੍ਹਾਂ ਦੀ ਕਿੱਥੇ ਤੁਸੀਂ ਭਾਲ ਕਰ ਰਹੇ? ਹਜੇ ਕੋਈ ਡੈੱਡ ਬੋਡੀ ਨਹੀਂ ਮਿਲੀ ਜੀ। ਹੁਣ ਗੋਤਾਖੋਰ ਲਾ ਕੇ ਅਸੀਂ ਜਿਹੜਾ ਲਹਿਰੇ ਤੋਂ ਲੈ ਕੇ ਇਹ ਅੱਗੇ ਨੂੰ ਅਸੀਂ ਸਾਰੇ ਬਖਸ਼ੀ ਵਾਲਾ ਅੱਗੇ ਨੂੰ ਜਾ ਰਹੇ ਹਾਂ ਮੰਦਰਾਂ ਤੱਕ, ਜਿੱਥੇ ਵੀ ਦੇਖਦੇ ਹਾਂ ਵੀ ਇੱਥੇ ਕਿੱਥੇ ਡੈੱਡ ਬੋਡੀ ਇਹਨਾਂ ਦੀ ਮਿਲਦੀ ਹੈ। ਇਹ ਕੱਲ੍ਹ ਸਾਨੂੰ ਇਤਲਾਹ ਮਿਲੀ ਸੀ ਵੀ ਜਿਹੜੀ ਆ ਲਹਿਰੇ ਤੋਂ ਨਹਿਰ ਜਾਂਦੀ ਹੈ, ਇਹਤੇ ਕੋਈ ਚੱਪਲਾਂ ਮਿਲੀਆਂ ਨੇ, ਕੋਈ ਮੋਟਰਸਾਈਕਲ ਖੜ੍ਹਾ ਸੀ ਉੱਪਰ, ਉਹਦੇ ਕੱਪੜੇ ਵੀ ਪਏ ਸੀ। ਕੋਈ ਜਗਮੋਹਨ ਸਿੰਘ ਸਨ, ਤਰਲੋਕ ਸਿੰਘ ਸੀ ਲਹਿਰੇ ਦਾ, ਇੱਕ ਮੁੰਡਾ ਸੀ ਉਹਦਾ ਨਾਲ। ਇਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹਨਾਂ ਦੇ ਕੱਪੜੇ ਪਏ ਨੇ ਇਹ, ਉਹਦਾ ਸਾਨੂੰ ਸ਼ੱਕ ਹੈ ਵੀ ਸ਼ਾਇਦ ਇੱਥੇ ਕਿਤੇ ਨਹਿਰ 'ਚ ਇਹ ਰੁੜ ਗਏ ਜਾਂ ਕੀ ਹੋਇਆ, ਉਹਦੇ ਬਾਰੇ ਤਲਾਸ਼ ਕਰ ਰਹੇ ਹਾਂ ਜੀ। ਗੋਤਾਖੋਰ ਲਾਏ ਹੋਏ ਨੇ, ਇਸ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰ ਇਹਨਾਂ ਦੇ ਅਤੇ ਹੋਰ ਮਤਲਬ ਪੁਲਿਸ ਵੱਲੋਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿੱਥੇ ਕਿੱਥੇ ਲੱਭਿਆ ਜਾ ਰਿਹਾ ਹੈਗਾ ਜੀ? ਇਹ ਬਖਸ਼ੀ ਵਾਲੇ ਤੱਕ ਮਤਲਬ ਸਾਡੀ ਪੁਲਿਸ ਪਾਰਟੀ ਫਿਰ ਰਹੀ ਹੈ ਜੀ। ਅੱਗੇ ਵੀ ਅਸੀਂ ਬੋਹਾ ਵਗੈਰਾ ਨੂੰ ਜਿੱਧਰ ਨਹਿਰ ਜਾਂਦੀ ਹੈ ਇਹ, ਅੱਗੇ ਇਨਫੋਰਮ ਕਰਤਾ ਇਸ ਚੀਜ਼ ਬਾਰੇ ਵੀ ਜਿੱਥੇ ਵੀ ਜਦੋਂ ਵੀ ਕੋਈ ਪਤਾ ਲੱਗਦਾ ਇਹਦੇ ਬਾਰੇ ਤਾਂ ਇਹਨਾਂ ਨੂੰ ਸੂਚਿਤ ਕਰ ਦਿੱਤਾ। ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ? ਕੱਲ੍ਹ ਸ਼ਾਮ ਦੇ ਪਤਾ ਲੱਗਿਆ ਸਰ, ਹਜੇ ਤੱਕ ਕੋਈ ਪਤਾ ਨਹੀਂ।